ਤੇ ਭਾਈ ਜੇ ਤੁਸੀਂ ਕੰਸੋਲੀਡੇਟ ਹੁੰਦੇ ਹੋ, ਜੇ ਵਰਕਰ ਇਕੱਠਾ ਨਹੀਂ ਹੋਣਾ ਚਾਹੁੰਦਾ ਉਸ ਵੱਡੀ ਲੜਾਈ ਦੇ ਖਾਤਰ, ਦੇਸ਼ ਨੂੰ ਬਚਾਉਣ ਦੇ ਖਾਤਰ, ਵੱਡੀ ਲੜਾਈ ਦੇ ਖਾਤਰ, ਭਾਈ ਤੁਸੀਂ ਆਪਣਾ ਅਖਾੜਾ ਆਪ ਲਾ ਲਓ। ਜਿੱਥੇ ਕਾਂਗਰਸ ਨੂੰ ਟਿਕਟ ਮਿਲਦੀ ਉੱਥੇ ਕਾਂਗਰਸ ਖੜ੍ਹੇ, ਕਾਂਗਰਸ ਦਾ ਵਰਕਰ ਖੜ੍ਹੇ, ਦੂਆ ਕੋਈ ਆਵੀ ਨਾ। ਲੇਕਿਨ ਇਹ ਗੱਲ ਯਾਦ ਰੱਖਣਾ, ਤੁਹਾਡੀ ਵੋਟ ਕੰਸੋਲੀਡੇਟ ਹੁੰਦੀ ਹੈ, ਤੁਸੀਂ 50% ਤੋਂ ਸ਼ੁਰੂ ਕਰਦੇ ਹੋ। ਅਤੇ ਜੇ ਅੱਜ ਅਕਾਲੀ ਦਲ ਅਤੇ ਬੀਜੇਪੀ ਇਕੱਠੀ ਹੁੰਦੀ ਔਰ ਤੁਸੀਂ ਇਕੱਠੇ ਨਹੀਂ ਹੁੰਦੇ, ਅਤੇ ਤੁਸੀਂ 25-27-27% ਤੋਂ ਸ਼ੁਰੂ ਕਰੋਗੇ, ਅਤੇ ਉਹ 35% ਤੋਂ ਸ਼ੁਰੂ ਕਰਨਗੇ, 27% ਅਤੇ ਉਦੋਂ ਅੱਗੇ ਚਲੋ 27 ਦੇ ਵਿੱਚ 6% ਬੀਜੇਪੀ ਦੀ ਵੋਟ ਜਿਹੜੀ ਟੁੱਟੀ ਨਹੀਂ, ਜਦੋਂ ਤੁਹਾਡੀਆਂ 16-17 ਉੱਧਰ ਜਾਂਦੀਆਂ ਅਤੇ 17-18 ਇੱਧਰ ਆਉਂਦੀਆਂ ਨੇ, ਉਦੋਂ ਨਾ ਬੀਜੇਪੀ ਦੀ ਵੋਟ ਟੁੱਟੀ ਹੈ, ਨਾ ਅਕਾਲੀ ਦਲ ਦੀ ਵੋਟ ਟੁੱਟੀ ਹੈ, ਉਹਨਾਂ ਦੀ ਉੱਦਾਂ ਹੀ ਖੜ੍ਹੀ ਹੈ, ਸਮਝ ਨਹੀਂ। ਸੋ ਇਸ ਕਰਕੇ ਉਹ 35 'ਤੇ ਸ਼ੁਰੂ ਕਰਨ, ਤੁਸੀਂ 40 'ਤੇ ਜੇ ਨਹੀਂ ਕਰਨਾ, ਜੇ ਮਤ ਭੇਜ ਦਿੰਦੇ ਹਾਂ ਔਰ ਮੈਂ ਰੋਜ਼ ਠੋਕਦਾ, ਕਿਉਂਕਿ ਮਤ ਵਿਚਾਰਧਾਰਾ ਦੇ ਨੇ, ਪਰ ਜੇ ਵਿਚਾਰਧਾਰਾ ਪਾਰਟੀਆਂ ਹੀ ਨਾ ਰਹੀਆਂ ਫਿਰ ਵਿਚਾਰਧਾਰਾ ਕਾਹਦੀ ਰਹਿ ਜਾਣੀ ਹੈ, ਮੈਨੂੰ ਇੱਕ ਗੱਲ ਦੱਸੋ ਜੀ, ਇਹ ਵੀ ਤਾਂ ਵੱਡੀ ਲੜਾਈ ਹੈ ਨਾ। ਸੋ ਇਸ ਕਰਕੇ ਪਰਿਸਥਿਤੀਆਂ ਹੁੰਦੀਆਂ ਨੇ ਪੋਲੀਟਿਕਸ ਦੇ ਵਿੱਚ, ਪਰਿਸਥਿਤੀਆਂ ਹੁੰਦੀਆਂ ਨੇ, ਸਥਿਤੀਆਂ ਹੁੰਦੀਆਂ ਨੇ, ਉਹਨਾਂ ਨੂੰ ਉਸ ਦੇ ਹਿਸਾਬ ਦੇ ਨਾਲ ਹੀ ਡੀਲ ਕਰਨਾ ਪੈਂਦਾ। ਜਾਂ ਤਾਂ ਅਨੁਕੂਲ ਪਰਿਸਥਿਤੀਆਂ ਪੈਦਾ ਕਰ ਲਓ, ਜਾਂ ਪਰਿਸਥਿਤੀਆਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲਓ। ਦੋ ਹੀ ਵਿਕਲਪ ਨੇ ਮਿੱਤਰ ਪਿਆਰੇ, ਮੇਰੀ ਗੱਲ ਨੂੰ ਸਮਝਦੇ ਹੋ? ਇਸ ਕਰਕੇ ਇਹ ਸੋਚਣਾ ਪਊਗਾ ਸਾਨੂੰ ਕਿ ਅਸੀਂ ਲੜਾਈ ਕਿੱਦਾਂ ਲੜਨੀ ਹੈ, ਔਰ ਲੜਾਈ ਸੂਝਬੂਝ ਨਾਲ ਲੜਨੀ ਹੈ, ਲੜਾਈ ਦਿਮਾਗ ਦੇ ਨਾਲ ਲੜਨੀ ਹੈ, ਲੜਾਈ ਇਕੱਲੀ ਜਜ਼ਬਾਤਾਂ ਨਾਲ ਅਤੇ ਇਮੋਸ਼ਨਸ ਦੇ ਨਾਲ ਨਹੀਂ ਲੜੀ ਜਾ ਸਕਦੀ। ਭਾਈ ਆਮ ਆਦਮੀ ਪਾਰਟੀ ਠਾ ਠਾ ਕਰਦੀ ਡਿੱਗਦੀ ਹੈ, ਠੀਕ ਹੈ, ਲੇਕਿਨ ਅਗਰ ਤੁਸੀਂ ਜਲੰਧਰ ਦਾ ਇਲੈਕਸ਼ਨ ਦੇਖੋ, ਠੀਕ ਹੈ, ਉਹਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੈ, ਉਧਾਰਾ ਸਾਡਾ ਕੈਂਡੀਡੇਟ, ਇੱਕ ਸੀਟ ਹੈ ਇਹਨਾਂ ਦੀ ਲੋਕ ਸਭਾ ਦੇ ਵਿੱਚ, ਅਤੇ ਜੇ ਉਹਨਾਂ ਦੀਆਂ ਵੋਟਾਂ ਇਕੱਠੀਆਂ ਕਰ ਲਓ ਬੀਜੇਪੀ ਅਤੇ ਅਕਾਲੀ ਦਲ ਦੀਆਂ, ਜ਼ਿਆਦਾ ਨਹੀਂ। ਇਸ ਕਰਕੇ ਕਿਸੇ ਨੂੰ ਵੀ ਕਮਜ਼ੋਰ ਨਹੀਂ ਆਖਣਾ ਚਾਹੀਦਾ। ਜੇ ਪੰਜਾਬ ਦਾ ਭਵਿੱਖ, ਪੰਜਾਬ ਦੇ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਹੈ, ਉਹਦਾ ਭਵਿੱਖ, ਇਲੈਕਸ਼ਨ ਅਸੀਂ ਉਹਦੇ ਲਈ ਲੜ ਰਹੇ ਹਾਂ, ਅਤੇ ਜੇ ਉਹਦੀ ਖਾਤਰ ਲੜਨਾ ਤਾਂ ਵੱਡੇ ਦੁਸ਼ਮਣ ਢਾਉਣੇ ਪੈਣਗੇ। ਭਾਵੇਂ ਉਹ ਪੰਜਾਬ ਦੇ ਵਿੱਚ ਇੰਨੇ ਤਕੜੇ ਨਹੀਂ ਨੇ, ਪਰ ਅਗਰ ਉਹ ਦੇਸ਼ ਦੇ ਵਿੱਚ ਤਕੜੇ ਨੇ, ਕਿਸੇ ਤਾਂ ਕਿਸੇ ਤਰੀਕੇ ਨਾਲ ਸਮਝੌਤਾ ਕਰਕੇ ਅੱਗੇ ਵਧਣਾ ਪਊਗਾ, ਇਕੱਠਿਆਂ ਹੋ ਕੇ ਲੜਨਾ ਪਊਗਾ। ਇਹ ਪੰਜੇ ਉਂਗਲਾਂ, ਕੋਈ ਲੰਬੀ, ਕੋਈ ਛੋਟੀ, ਕੋਈ ਮੋਟੀ, ਕੋਈ ਪਤਲੀ, ਪਰ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ, ਘਸੁੰਨ ਬਣ ਕੇ 32 ਸੀ ਕੱਢ ਦਿੰਦੀਆਂ ਨੇ। ਇਹ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਮੈਂ ਤਾਂ ਵਰਕਰਾਂ ਦੇ ਕੋਲ ਜਦੋਂ ਜਾਂਦਾ, ਪੰਜਾਬ ਦੀ ਆਵਾਜ਼ ਚੁੱਕਦਾ। ਮੈਂ ਕਿਹਾ ਮੇਰੀ ਗੱਲ ਸੁਣੋ, ਸਾਡਾ ਪ੍ਰਧਾਨ ਹੈ, ਉਹਦੀ ਫੋਟੋ ਲੱਗੀ ਹੈ, ਉਹਨੂੰ ਮੰਤਰਣ ਦਿੱਤਾ, ਉਹਦੀ ਮਰਜ਼ੀ ਹੈ, ਲੇਕਿਨ ਅਸੀਂ ਵਰਕਰ ਜਿਹੜਾ ਹੈ ਉਹ ਕਾਂਗਰਸ ਦੀ ਵਿਚਾਰਧਾਰਾ ਦੇ ਲਈ ਤਾਂ ਲੜੂਗਾ ਨਾ, ਉਹ ਆਪਣੇ ਅਸਤਿਤਵ ਲਈ ਤਾਂ ਲੜੂਗਾ ਨਾ, ਘਰੇ ਤਾਂ ਨਹੀਂ ਕੋਈ ਬਿਠਾ ਸਕਦਾ ਨਾ ਕਿਸੇ ਨੂੰ। ਮੇਰੀ ਗੱਲ ਨੂੰ ਸਮਝੋ,